ਸਵਾਗਤ ਹੈ ਜੀ ਤੁਸੀਂ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਹੋ ਹਿਸ਼ਰਪਰਨ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਬ ਸੋ ਕਿਹਾ ਜਾਂਦਾ ਕਿ ਰਾਜਨੀਤੀ ਦੇ ਵਿੱਚ ਕਿਸੇ ਦਾ ਵੀ ਕੋਈ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਕਦੋਂ ਕੋਈ ਜਿਹੜਾ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਵਿਅਕਤੀ ਹੈ ਉਹ ਕਦੋਂ ਕੋਈ ਫੈਸਲਾ ਲੈ ਲਵੇ ਜਾਂ ਆਪਣਾ ਵਿਚਾਰ ਬਦਲ ਲਵੇ ਸੋ ਰਾਜਨੀਤੀ ਦੇ ਵਿੱਚ ਕੁੱਲ ਮਿਲਾ ਕੇ ਇਹੀ ਕਿਹਾ ਜਾਂਦਾ ਹੈ ਕਿ ਕਿਸੇ ਦਾ ਵੀ ਕਦੇ ਵੀ ਕੋਈ ਭਰੋਸਾ ਜਿਹੜਾ ਨਹੀਂ ਕੀਤਾ ਜਾ ਸਕਦਾ ਤੇ ਨਾ ਹੀ ਕਰਨਾ ਚਾਹੀਦਾ ਕਿਉਂਕਿ ਇਹੀ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹੁੰਦੇ ਨੇ ਜਦੋਂ ਜਿਹੜੀ ਮੌਜੂਦਾ ਪਾਰਟੀ ਦੇ ਵਿੱਚ ਹੁੰਦੇ ਨੇ ਜਿੱਤੇ ਇਹਨਾਂ ਨੂੰ ਕੋਈ ਉੱਚ ਅਹੁਦਾ ਮਿਲ ਜਾਂਦਾ ਹੈ ਤਾਂ ਇਹ ਪਾਰਟੀ ਨੂੰ ਆਪਣੀ ਮਾਂ ਦੱਸਦੇ ਨੇ ਆਪਣਾ ਬਾਪ ਦੱਸਦੇ ਨੇ ਹੋਰ ਪਤਾ ਨਹੀਂ ਪਾਈਏ ਕੀ ਕੁਛ ਦੱਸਦੇ ਨੇ ਤੇ ਜਦੋਂ ਪਾਰਟੀ ਥੋੜੀ ਜਿਹੀ ਘੂਰੀ ਵੱਟਦੀ ਹੈ ਜਾਂ ਅੱਖਾਂ ਦਿਖਾਉਂਦੀ ਹੈ ਤੇ ਆਪਣੀ ਮਾਂ ਤੋਂ ਆਪਣੇ ਬਾਪ ਤੋਂ ਵੱਖ ਹੋ ਜਾਂਦੇ ਨੇ ਜਿਸ ਦੀ ਜਿਹੜੀ ਤਾਜ਼ਾ ਉਦਾਹਰਣ ਹੈ ਕੱਲ੍ਹ ਵਾਲੇ ਸੀਨ ਤੋਂ ਲਈ ਜਾ ਸਕਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਇਸ ਵਕਤ ਚੋਣਾਂ ਵੀ ਮਾਹੌਲ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ ਸੋ ਕੱਲ੍ਹ ਪੰਜਾਬ ਦੇ ਵਿੱਚ ਫਗਵਾੜਾ ਦੇ ਵਿੱਚ ਅਰਵਿੰਦ ਕੇਚਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਦਿੱਲੀ ਦੇ ਮੁੱਖ ਮੰਤਰੀ ਨੇ ਤੇ ਉਹਨਾਂ ਦੇ ਨਾਲ ਭਗਵੰਤ ਮਾਨ ਜੋ ਪੰਜਾਬ ਦੇ ਮੁੱਖ ਮੰਤਰੀ ਨੇ ਕੱਲ ਫਗਵਾੜਾ ਦੇ ਵਿੱਚ ਆਉਂਦੇ ਨੇ ਤੇ ਫਗਵਾੜਾ ਦੇ ਵਿੱਚ ਆ ਕੇ ਉਹਨਾਂ ਵੱਲੋਂ ਕਾਂਗਰਸੀ ਆਕੂ ਸੁਸ਼ੀਲ ਕੁਮਾਰ ਤੇ ਰਿੰਕੂ ਨੂੰ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਬ੍ਰੇਕ ਤਾਂ ਲੱਗਦੀ ਹੈ ਕਿਉਂਕਿ ਪਤਾ ਨਹੀਂ ਲੱਗਦਾ ਕਿਸ ਵੇਲੇ ਕਿ ਭਾਈ ਇਹਨਾਂ ਲਈ ਆਪਾਂ ਕਿਹੜਾ ਅਖਰਵਾਰ ਤੇ ਰਾਜਨੀਤਿਕ ਲੋਕਾਂ ਲਈ ਕਿਉਂਕਿ ਯਕੀਨ ਦੇ ਕਾਬਲ ਕਿੰਨੇ ਕੁ ਹੁੰਦੇ ਨੇ ਸੋ ਹਰ ਇੱਕ ਵਿਅਕਤੀ ਨੂੰ ਪਤਾ ਇਹਨਾਂ ਦਾ ਸੋ ਮੋਹੋ ਬੋਲ ਕੇ ਦੱਸਣ ਦੀ ਲੋੜ ਨਹੀਂ ਹੈ ਸੋ ਇਹੀ ਕਾਂਗਰਸ ਪਾਰਟੀ ਹੈ ਇਹੀ ਆਮ ਆਦਮੀ ਪਾਰਟੀ ਹੈ ਤਾਂ ਉਹੀ ਬਾਕੀ ਰਵਾਇਤੀ ਪਾਰਟੀਆਂ ਨੇ ਸੋ ਆਮ ਆਦਮੀ ਪਾਰਟੀ ਦਾ ਚਲੋ ਅਜੇ ਥੋੜਾ ਸਮਾਂ ਹੀ ਹੋਇਆ ਪਰੰਤੂ ਜਿਸ ਤਰ੍ਹਾਂ ਦਾ ਕੱਲ ਵਰਤਾਤ ਹੋਇਆ ਕਿ ਚੋਣਾਂ ਤੋਂ ਠੀਕ ਪਹਿਲਾ ਅਰਵੰਦ ਕੇਜਰੀਵਾਲ ਤੇ ਭਗਵੰਤ ਮਾਨ ਫਗਵਾੜਾ ਦੇ ਵਿੱਚ ਆਉਂਦੇ ਨੇ ਤੇ ਜਲੰਧਰ ਤੋਂ ਕਾਂਗਰਸੀ ਆਗੂ ਜਿਹਨਾਂ ਵੱਲੋਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅੰਕੁਸ਼ ਅੰਗੁਰਾਲ ਵਿਰੁੱਧ ਚੋਣ ਲੜੀ ਜਾਂਦੀ ਸੀ ਹੋ ਸਕਦਾ ਕਿਸੇ ਹੋਰ ਵਿਰੁੱਧ ਲੜੀ ਹੋਵੇ ਪਰੰਤੂ ਜਿੱਤੇ ਤੱਕ ਮੈਨੂੰ ਜਾਣਕਾਰੀ ਹੈ ਇਸ ਉਮੀਦਵਾਰ ਵਿਰੁੱਧ ਉਹਨਾਂ ਵੱਲੋਂ ਚੋਣ ਲੜੀ ਗਈ ਸੀ ਸੋ ਉਸ ਉਮੀਦਵਾਰ ਵੱਲੋਂ ਕਾਂਗਰਸੀ ਆਗੂ ਸੀਲ ਕੁਮਾਰ ਰਿੰਕੂ ਨੂੰ ਹਰਾ ਦਿੱਤਾ ਗਿਆ ਸੀ ਤੇ ਆਮ ਆਦਮੀ ਪਾਰਟੀ ਨੇ ਜਿੱਥੇ ਹਾਸਲ ਕੀਤੀ ਸੀ ਹਾਲਾਂਕਿ ਜਿੱਥੇ ਤਾਂ ਵੱਡੀ ਹਾਸਲ ਕੀਤੀ ਹੈ ਇਤਿਹਾਸਿਕ ਜਿੱਥੇ 92 ਇਹ ਏਵਿਡੈਂਸ ਹਵਾ ਦਾ ਸੀਟਾਂ ਸੀਟਾਂ ਜਿਹੜੀਆਂ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਝੋਲੀ ਦੇ ਵਿੱਚ ਪਾਈਆਂ ਨੇ ਪਰੰਤੂ ਕੱਲ ਅਜੀਹਾ ਵਰਤਾਂਤ ਵਾਪਰਦਾ ਹੈ ਕਿ ਜਿਸ ਤੋਂ ਸੈਜੇ ਹੀ ਕਿਹਾ ਜਾ ਸਕਦਾ ਹੈ ਕਿ ਪਾਈ ਰਾਜਨੀਤੀ ਦੇ ਵਿੱਚ ਕਿਸੇ ਵੀ ਵਿਅਕਤੀ ਦਾ ਕੋਈ ਭਰੋਸਾ ਨਹੀਂ ਹੈ ਕਿ ਕਦੋਂ ਕੀ ਫੈਸਲਾ ਲੈ ਲਵੇ ਜਾਂ ਕਿੱਧਰ ਨੂੰ ਬਦਲ ਜਾਵੇ ਜਾਂ ਕਿੱਧਰ ਨੂੰ ਜਾਉ ਮੂੰਹ ਕਰ ਲਵੇ ਅਰਵਿੰਦ ਕੇਜਰੀਵਾਲ ਭਗਵੰਤਪਨ ਫਗਵਾੜਾ ਚ ਆਉਂਦੇ ਨੇ ਤਾਂ ਉਹਨਾਂ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਸ਼ਾਮਲ ਕੀਤਾ ਜਾਂਦਾ ਪਾਰਟੀ ਦੇ ਵਿੱਚ ਤੇ ਅੱਜ ਭਗਵੰਤਮਾਨ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਆਪਣਾ ਆਮ ਆਦਮੀ ਪਾਰਟੀ ਦਾ ਉਮੀਦਵਾਰ ਕੋਸ਼ਿਸ਼ ਕਰ ਦਿੱਤਾ ਜਾਂਦਾ ਹੈ ਠੀਕ ਹੈ ਉਮੀਦਵਾਰ ਚਲੋ ਕੋਈ ਨਾ ਕੋਈ ਕੋਸ਼ਿਸ਼ ਤਾਂ ਕਰਨਾ ਸੀ ਪਰੰਤੂ ਅਜਿਹੇ ਦੇ ਵਿੱਚ ਪਾਰਟੀ ਦੇ ਜਿਹੜੇ ਵਲੰਟੀਅਰਸ ਹੈ ਛਲੰਦਰ ਤੋਂ ਵਿੱਚ ਵੀ ਬੋਲ ਸੋਸ਼ਲ ਮੀਡੀਆ ਤੇ ਵੇਖਣ ਨੂੰ ਮਿਲ ਰਿਹਾ ਕਿ ਉਹਨਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਜਿਹੜੇ ਵਲੰਟੀਅਰ ਹੈ ਉਹ ਸੜਕਾਂ ਤੇ ਆ ਜਾਣ ਉਹ ਦਰੀਆਂ ਬਚਾਲਣ ਕਿਸੇ ਪਾਰਟੀ ਦੇ ਦਫ਼ਤਰਬਾਰ ਜਾਂ ਕਿਸੇ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਆ ਫਿਲਹਾਲ ਇਤਾ ਸਮਾਂ ਹੀ ਦੱਸੇਗਾ ਪਰੰਤੂ ਜੇਕਰ ਆਪਾਂ ਆਮਾਦਵੀ ਪਾਰਟੀ ਦੇ ਨੁਮਾਇੰਦਿਆਂ ਦੀ ਗੱਲ ਕਰੀਏ ਜੋ ਅੱਜ ਵਜ਼ੀਰ ਬਣੇ ਫਿਰਦੇ ਨੇ ਉਹ ਚੋਦਿਆਂ ਤੇ ਤਨਾਤ ਨੇ ਤਾਂ ਉਹਨਾਂ ਵੱਲੋਂ ਕਾਂਗਰਸੀ ਨੁਮਾਇੰਦਿਆਂ ਨੂੰ ਜਾਂ ਹੋਰਨਾਂ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਿਹਾ ਜਾਂਦਾ ਸੀ ਕਿ ਇਹ ਤਾਂ ਇਹ ਤਾਂ ਕਚਰਾ ਹੈ ਜੀ ਜੇ ਤਾਂ ਔਰੋ ਪਾਰਟੀਆਂ ਵਿੱਚ ਜੋ ਜਾ ਰਹੇ ਐ ਜੇਕਰ ਕੋਈ ਕਾਂਗਰਸੀ ਭਾਜਪਾ 'ਚ ਜਾਂਦਾ ਸੀ ਤਾਂ ਕਹਿੰਦੇ ਸੀ ਜੀ ਜੀ ਭਾਜਪਾ ਤਾਂ ਕਚਰਾ ਲੈ ਰਹੀ ਹੈ ਸੋ ਹੁਣ ਇਹ ਕੀ ਕਚਰੇ 'ਚ ਕਿਹੜਾ ਤੁਸੀਂ ਅਜੀਹਾ ਫਿਲਟਰ ਲਾਤਾ ਜਾ ਕਿਹੜਾ ਤੁਸੀਂ ਇਹਨਾਂ ਦੇ ਵਿੱਚ ਅਜਿਹੀ ਜਿਹੜੀ ਚਿਪ ਫਿਟ ਕਰ ਦਿੱਤੀ ਆ ਕਿ ਅੱਜ ਕਚਰਾ ਤੁਹਾਨੂੰ ਕਚਰਾ ਜਿਹੜਾ ਨਈ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਵਾਲਿਓ ਤੁਸੀਂ ਇਨਕਲਾਬ ਦੀਆਂ ਵੱਡੀਆਂ-ਵੱਡੀਆਂ ਦੋਹਾਈਆਂ ਦਿੰਨੇ ਹੋ ਤੁਸੀਂ ਲੋਕਤੰਤਰ ਦੀਆਂ ਦੋਹਾਈਆਂ ਦਿੰਨੇ ਹੋ ਤਾਂ ਜਦੋਂ ਇਨਕਲਾਬ ਆਮ ਲੋਕਾਂ ਲਈ ਤੁਹਾਡੇ ਲਈ ਕੁਝ ਨਹੀਂ ਜਿਸ ਬਾਬਤ ਜਿਸ ਤਰ੍ਹਾਂ ਦਾ ਵਰਤਾਨ ਤੇ ਕੱਲ ਤੁਹਾਡੇ ਵੱਲੋਂ ਖੇਡਿਆ ਗਿਆ ਉਸ ਤੋਂ ਸੈਜ਼ੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੋਈ ਵੀ ਉਮੀਦਵਾਰ ਤੁਹਾਨੂੰ ਨਹੀਂ ਮਿਲਿਆ ਜਾਂ ਜਿਸ ਤਰ੍ਹਾਂ ਤੇ ਹਾਲਾਤ ਇਸ ਵਕਤ ਪੰਜਾਬ ਦੇ ਵਿੱਚ ਤੁਹਾਡੀ ਪਾਰਟੀ ਨੂੰ ਲੈ ਕੇ ਬਣੇ ਹੋਏ ਨੇ ਸੋ ਹੋ ਸਕਦਾ ਹੈ ਕਿ ਭਾਈ ਕੋਈ ਉਮੀਦਵਾਰ ਨਾਮ ਬੰਨੇ ਹੋਵੇ ਕਿ ਮੈਂ ਯਾਰ ਝਾੜੂ ਵਾਲਿਆਂ ਨਾਲ ਵੋਟ ਨਹੀਂ ਲੜਨੀ ਸੋ ਤੁਹਾਡੇ ਵੱਲੋਂ ਜੀ ਹਾਂ ਫਿਰ ਤਾਂ ਜਿਹੜਾ ਰਚਨਾ ਪੈ ਗਿਆ ਤੁਹਾਨੂੰ ਕਿਉਂਕਿ ਇਹੀ 6 ਮਹੀਨੇ ਪਹਿਲਾਂ ਤੁਹਾਡੀ ਪਾਰਟੀ ਦੇ ਵਿਰੋਧ ਬੋਲਦਾ ਤੁਹਾਡੇ ਵਿਚਾਇਕਾਂ ਦੇ ਵਿਰੋਧ ਬੋਲਦਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਵਿਰੋਧ ਬੋਲਦਾ ਹੈ ਤਾਂ ਅੱਜ ਤੁਹਾਨੂੰ ਉਹਦੇ ਵਿੱਚ ਅਜਿਹੀ ਕਿਹੜੀ ਖੂਬੀਆਂ ਤੁਹਾਨੂੰ ਨਜ਼ਰ ਆਣ ਲੱਗ ਪਈਆਂ ਕਿ ਤੁਸੀਂ ਉਹਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਦੇ ਹੋ ਸ਼ਾਮਲ ਕਰਨਾ ਚਲੋ ਤੁਹਾਡੇ ਅਧਿਕਾਰ ਹੈ ਪਾਰਟੀਆਂ ਨੂੰ ਹਰ ਇੱਕ ਦੇ ਬੰਦੇ ਦੇ ਮੌਲਿਕ ਅਧਿਕਾਰ ਵੀ ਹੁੰਦੇ ਨੇ ਕਰਤੱ비 ਹੁੰਦੇ ਨੇ ਹੁੰਦੇ ਨੇ ਪਰੰਤੂ ਵਿਚਾਰਨਯੋਗ ਗੱਲ ਹੈ ਕਿ ਤੁਸੀਂ ਚੋਣਾਂ ਤੋਂ ਪਹਿਲਾਂ ਜਾਂ ਜਦੋਂ ਤੁਹਾਡੇ ਇਹ ਅਰੇਂਜ ਦੇ ਵਿੱਚ ਨਹੀਂ ਆਉਂਦੇ ਨੇ ਤਾਂ ਉਸ ਵਕਤ ਤੁਸੀਂ ਫਿਰ ਮੂੰਹ ਨਾ ਲਾਇਆ ਕਰੋ ਨਾ ਕੋਈ ਵੀ ਪਾਰਟੀ ਆ ਚਾਹੇ ਆਮ ਆਦਮੀ ਪਾਰਟੀ ਆ ਚਾਹੇ ਭਾਜਪਾ ਚਾਹੇ ਅਕਾਲੀ ਦਲ ਹੈ ਚਾਹੇ ਬਸਪਾ ਚਾਹੇ ਕਾਂਗਰਸ ਹੈ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਦੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਹੁਣ ਸੋਸ਼ਲ ਮੀਡੀਆ ਤੇ ਕਾਂਗਰਸ ਨੇ ਹੀ ਆਪਣੇ ਪੇਜ ਤੇ ਪਾਈ ਆਫੀਸ਼ੀਅਲ ਪੇਜ ਤੇ ਫੇਸਬੁਕ ਪੇਜ ਤੇ ਉਹ ਸਾਰੀ ਲੀਡਰਸ਼ਿਪ ਹੈ ਜਿਹੜੀ ਉਹ ਕਾਂਗਰਸ ਭਵਨ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਬੈਠੀ ਹੈ ਸੁਸ਼ੀਲ ਕੁਮਾਰ ਰਿੰਕੂ ਸ਼ਾਇਦ ਉੱਥੇ ਭਾਸ਼ਣ ਦੇ ਰਿਹਾ ਹੈ ਕਿ ਇੱਥੇ ਭਾਈ ਸਾਹਿਬ ਗੱਦਾਰਾਂ ਦੀ ਲਿਸਟ ਲਗਾਈ ਜਾਵੇ ਕਿ ਜਿਹੜੇ ਪਾਰਟੀ ਤੋਂ ਬੇਮੁਖ ਹੋ ਕੇ ਹੋਰ ਨਾ ਪਾਰਟੀਆਂ ਦੇ ਵਿੱਚ ਚਲੇ ਜਾਂਦੇ ਨੇ ਇਹ ਕੱਥੇ ਖਾ ਕਿ ਉਹਨਾਂ ਦੇ ਵਿੱਚ ਲਿਸਟ ਲਗਾਈ ਜਾਵੇ ਜਿਹਨਾਂ ਦੇ ਉੱਪਰ ਲਿਖਿਆ ਹੋਵੇ ਗद्दार ਸੋਹਣਾ ਸੁਸ਼ੀਲ ਕੁਮਾਰ ਰਿੰਕੂ ਜੀ ਤੁਹਾਡੀ ਫੋਟੋ ਮੈਨੂੰ ਲੱਗਦਾ ਉੱਥੇ ਲੱਗਣੀ ਆ ਰਾਜਾ ਬਲਿੰਗ ਜੀ ਤੁਹਾਡੇ ਵਿੱਚ ਅਣਖ ਹੈ ਤੜੀ ਹੈ ਹਿੰਮਤ ਕਰ ਸਕਦੇ ਹੋ ਜੇ ਸੁਸ਼ੀਲ ਕੁਮਾਰ ਰਿੰਕੂ ਦੇ ਹੁਕਮਾਂ ਤੇ ਫੋਲਚ ਰਹੋ ਜ ਜਿਹਨਾਂ ਵੱਲੋਂ ਵਿਚਾਰ ਪ੍ਰਗਟ ਕੀਤੇ ਗਏ ਸਨ ਲਾਓ ਹੁਣ ਕਾਂਗਰਸ ਭਵਨ ਦੇ ਵਿੱਚ ਫੋਟੋ ਗद्दार ਲਿਖ ਕੇ ਸੁਸ਼ੀਲ ਕੁਮਾਰ ਰਿੰਕੂ ਗद्दार ਮੈਂ ਨਹੀਂ ਕਹਿ ਰਿਹਾ ਇਹ ਸੁਸ਼ੀਲ ਕੁਮਾਰ ਰਿੰਕੂ ਹੋਣਾਂ ਦੀ ਵੀਡੀਓ ਇੱਕ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਾਂਗਰਸ ਨੇ ਸ਼ੇਅਰ ਕੀਤੀ ਐ ਸੋ ਜੋ ਉਹਨਾਂ ਨੇ ਕਿਹਾ ਮੈਂ ਤਾਂ ਉਹ ਤੁਹਾਨੂੰ ਯਾਦ ਕਰਵਾ ਰਿਆ ਸੋ ਰਹੀ ਗੱਲ ਆਮ ਆਦਮੀ ਪਾਰਟੀ ਦੀ 2022 ਦੀ ਵਿਧਾਨ ਸਭਾ ਚੋਣਾਂ ਅਜਿਹਾ ਸਮਾਂ ਆਮ ਆਦਮੀ ਪਾਰਟੀ ਲਈ ਕਿ ਹਰ ਇੱਕ ਵਿਅਕਤੀ ਤਿਲ ਮਲਾ ਉੱਠਦਾ ਸੀ ਕਿ ਭਾਈ ਮੈਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜਨ ਦਾ ਇੱਛੁਕਾਂ ਬਹੁਤ ਸਾਰੇ ਇੱਕ ਇੱਕ ਹਲਕੇ ਚੋਂ ਪਤਾ ਨਹੀਂ 5 5 6 6 ਜਾਣਿਆਂ ਨੇ ਅਪਲਾਈ ਕੀਤਾ ਹੋਊਗਾ ਜਿਆਦਾ ਨੇ ਅਪਲਾਈ ਕੀਤਾ ਹੋ ਸਕਦਾ ਹੈ ਕਿ ਭਾਈ ਸਾਨੂੰ ਉਮੀਦਵਾਰੀ ਦਿਓ ਅਸੀਂ ਚੋਣ ਲੜਾਂਗੇ ਤੇ ਅੱਜ ਮਹਿਜ਼ 1 ਸਾਲ ਦਾ ਸਮਾਂ ਹੋਇਆ ਕਿ ਤੁਹਾਨੂੰ ਜਲੰਧਰ ਚੋਂ ਕੋਈ ਨਜ਼ਰ ਹੀ ਨਹੀਂ ਆਇਆ ਕਿ ਆਮ ਆਦਮੀ ਪਾਰਟੀ ਲਈ ਇਹ ਵਧੀਆ ਉਮੀਦਵਾਰ ਹੋ ਸਕਦਾ ਕਿ ਤੁਸੀਂ ਸ਼ਾਮਲ ਕਰਨ ਤੋਂ ਪਹਿਲਾਂ ਸੁਸ਼ੀਲ ਕੁਮਾਰ ਰਿੰਕੂ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਆਪਣੇ ਵਲੰਟੀਅਰਸ ਦੀ ਉਹਨਾਂ ਦੀ رائے ਲਈ ਕਿ ਉਹ ਕੀ ਚਾਹੁੰਦੇ ਨੇ ਉੱਥੋਂ ਦੇ ਜੋ ਆਗੂ ਸਹਿਬਾਨ ਨੇ ਹੋਰ ਜਿਹੜੀ ਹੋਰ ਹੇਠਲੇ ਪੱਧਰ ਤੇ ਵਲੰਟੀਅਰ ਜਾ ਕੇ ਜਿਹੜੇ ਗਰਾਊਂਡ ਲੈਵਲ ਤੇ ਅਸੀਂ ਜ਼ੀਰੋ ਲੈਵਲ ਤੇ ਜ਼ੀਰੋ ਲੈ ਕੇ ਘਰਾਂ ਦੇ ਵਿੱਚ ਜਾ ਕੇ ਕੰਮ ਕਰਦੇ ਨੇ ਵੋਟਾਂ ਮੰਗਦੇ ਨੇ ਹੱਥ ਜੋੜਦੇ ਨੇ ਲੋਕਾਂ ਦੇ ਗੋਟੇ ਗਿੱਡੇ ਗਿੱਟੇ ਲਟਾ ਘੋੜਦੇ ਨੇ ਕਿ ਉਹਨਾਂ ਦੀ ਤੁਸੀਂ رائے ਲਈ ਕਿ ਉਹ ਕਿਵੇਂ ਤਿਆਰ ਹੋਗੇ ਫਿਰ ਕਿਉਂਕਿ ਮੈਂ ਸੋਸ਼ਲ ਮੀਡੀਆ ਵੇਖ ਰਿਹਾ ਮੈਂ ਉਹਨਾਂ ਵਿਅਕਤੀਆਂ ਦਾ ਨਾਮ ਨਹੀਂ ਲੈਣਾ ਚਾਹਾਂਗਾ ਕਿ ਜਿਹੜੇ ਕਿਸੇ ਵੇਲੇ ਜੇ ਕੋਈ ਮੇਰੇ ਤੁਹਾਡੇ ਵਰਗਾ ਆਮ ਆਦਮੀ ਪਾਰਟੀ ਦੇ ਖਿਲਾਫ ਖਾਸੇ ਹਾਸੇ ਵਿੱਚ ਵੀ ਕਹਿ ਦਿੰਦਾ ਸੀ ਤਾਂ ਲੜਨ ਨੂੰ ਪੈ ਜਾਂਦੇ ਸੀ ਸਿਰ ਪਾੜਨ ਤੱਕ ਆਉਂਦੇ ਸੀ ਉਹ ਅੱਜੋ ਹੀ ਤੁਹਾਡੇ ਖਿਲਾਫ ਸੋਸ਼ਲ ਮੀਡੀਆ ਤੇ ਉਹ ਪੋਸਟ ਆ ਪਾਰੇ ਨੇ ਵਾਇਰਲ ਕਰ ਰਹੇ ਨੇ ਕਿ ਅੱਜ ਹੀ ਅੱਜ ਨੋਬਤ ਆ ਗਈ ਕਿ ਤੁਹਾਡੇ ਆਪਣੇ ਵਲੰਟੀਅਰ ਤੁਹਾਡੀ ਪਾਰਟੀ ਤੋਂ ਵਿਮਖ ਹੋ ਗਏ ਨੇ ਕਿ ਹੁਣ ਜ਼ਮੀਰ ਤੁਹਾਡੀ ਕਿੱਥੇ ਗਈ ਇਨਕਲਾਬ ਦਾ ਤੁਸੀਂ ਹੋਂਕਾ ਦਿੰਦੇ ਹੋ ਇਨਕਲਾਬ ਜ਼ਿੰਦਾਬਾਦ ਕਹਿਣਾ ਤਾਂ ਬਹੁਤ ਆਸਾਨ ਹੈ ਪਰੰਤੂ ਉਸ ਨੂੰ ਬਰਕਰਾਰ ਰੱਖਣਾ ਆਪਣੇ ਬੋਲਾਂ ਨੂੰ ਬਰਕਰਾਰ ਰੱਖਣਾ ਉਸ ਤੇ ਅੜੇ ਰਹਿਣਾ ਉਹ ਵੀ ਸਿੱਖੋ ਹੁਣ ਕੀ ਕਹੀਏ ਕਿ ਤੁਹਾਡੀ ਜ਼ਮੀਰ ਕਿੱਥੇ ਗਈ ਕਿ ਤੁਹਾਨੂੰ ਉਮੀਦਵਾਰ ਚਰਨਦਰ ਭਰ ਦੇ ਵਿੱਚੋਂ ਨਹੀਂ ਮਿਲਿਆ ਕਿ ਹੁਣ ਇਸ ਤਰ੍ਹਾਂ ਕਰਨ ਦੇ ਨਾਲ ਕਿ ਤੁਸੀਂ ਜਲੰਧਰ ਦੀ ਉਮੀਦਵਾਰੀ ਜਿੱਤ पाओगे ਕਿਉਂਕਿ ਤੁਹਾਡੇ ਆਪਣੇ ਵਲੰਟੀਅਰ ਆ ਜਿਹੜੇ ਉੱਥੇ ਬਗਾਵਤ ਉੱਠਣੀ ਸ਼ੁਰੂ ਹੋ ਚੁੱਕੀ ਹੈ ਸੋ ਫਿਲਹਾਲ ਇਹ ਤਾਂ ਭਾਈ ਸਮਾਂ ਹੀ ਦੱਸੇਗਾ ਕਿ ਤੁਸੀਂ ਉੱਥੋਂ ਜਿੱਤ ਹਾਸਲ ਕਰਦੇ ਹੋ ਜਾਂ ਨਹੀਂ ਪਰੰਤੂ ਵੱਡਾ ਸਵਾਲ ਹੈ ਕਿ ਕਿਸੇ ਟਾਈਮ ਕਾਂਗਰਸ ਨੂੰ ਕਚਰਾ ਕਹਿਣ ਵਾਲੀ ਅਜ ਆਮ ਆਦਮੀ ਪਾਰਟੀ ਦੇ ਹਾਲਾਤ ਕੀ ਅਜੀਬ ਬਣ ਗਏ ਨੇ ਕਿ ਉਹਨਾਂ ਨੂੰ ਕੋਈ ਉਮੀਦਵਾਰ ਨਜ਼ਰ ਨਹੀਂ ਆਇਆ ਜਾਂ ਨਹੀਂ ਮਿਲਿਆ ਕਿ ਉਹਨਾਂ ਨੂੰ ਜਿਹੜਾ ਇੱਕ ਕਦਮ ਚੁੱਕਣਾ ਪਿਆ ਸੋ ਇੱਕ ਦਿਨ ਪਹਿਲਾਂ ਆਰਵੰਦ ਕੇਜਰੀਵਾਲ ਭਗਵੰਤ ਜੀ ਆਉਂਦੇ ਨੇ ਤਾਂ ਠੀਕ ਮਹਿਜ਼ 24 ਘੰਟਿਆਂ ਦਾ ਸਮਾਂ ਵੀ ਨਹੀਂ ਵਿੱਚ ਟਪਾਇਆ ਜਾਂਦਾ ਲੰਘਾਇਆ ਜਾਂਦਾ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਨ ਕਰ ਦਿੱਤਾ ਜਾਂਦਾ ਹੈ ਸੋ ਫਿਲਹਾਲ ਹੁਣ ਇਹ ਤਾਂ ਸਮਾਂ ਹੀ ਦੱਸੇਗਾ ਕਿ ਆਮ ਆਦਮੀ ਪਾਰਟੀ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ਚੋਂ ਜਿੱਤ ਹਾਸਲ ਕਰਦੀ ਹੈ ਜਾਂ ਨਹੀਂ ਪਰੰਤੂ ਇਸ ਵਿਚਾਲੇ ਹੋਰ ਵੀ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਸੋਸ਼ਲ ਮੀਡੀਆ ਤੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੀ ਭਾਸ਼ਵਾਲ ਰੁਖ ਕਰ ਸਕਦੇ ਨੇ ਸੋ ਮੈਂ ਤਾਂ ਹੀ ਸ਼ੁਰੂਆਤ ਕੀਤੀ ਸੀ ਕਿ ਭਾਈ ਰਾਜਨੀਤੀ ਦੇ ਵਿੱਚ ਕਿਸੇ ਵੀ ਵਿਅਕਤੀ ਦਾ ਕੋਈ ਪਰੋਸਾ ਨਹੀਂ ਕੀਤਾ ਜਾ ਸਕਦਾ ਸੋ ਮੈਂ ਉਹਨਾਂ ਲੋਕਾਂ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਕਿ ਜਿਹੜੇ ਪਾਰਟੀਆਂ ਕਰਕੇ ਇੱਕ ਦੂਜੇ ਨਾਲ ਇੱਕ ਦੂਜੇ ਦਾ ਉਹ ਗਲ ਫੜਦੇ ਨੇ ਇੱਕ ਦੂਸਰੇ ਦਾ ਉਹ ਸਿਰ ਪੜਨ ਤੱਕ ਉਤਾਰੂ ਹੋ ਜਾਂਦੇ ਨੇ ਸੋ ਭਾਈ ਰੱਬ ਦਾ ਵਾਸਤਾ ਆਪਣੇ ਘਰਾਂ ਦੇ ਵਿੱਚ ਆਪਣਾ ਆਪਸੀ ਭਾਈਚਾਰਾ ਬਣਾ ਕੇ ਰੱਖੋ ਪਾਰਟੀਆਂ ਪਿੱਛੇ ਲੜਨ ਦੀ ਕੋਈ ਵੀ ਲੋੜ ਨਹੀਂ ਹੈ ਕਿਉਂਕਿ ਰਾਜਨੀਤੀ ਖਾਸ ਕਰਕੇ ਭਾਰਤ ਦੇਸ਼ ਦੀ ਖਾਸ ਕਰ ਪੰਜਾਬ ਦੀ ਰਾਜਨੀਤੀ ਦੇ ਵਿੱਚ ਜਿਸ ਤਰ੍ਹਾਂ ਦੀ ਉਥਲ ਪੁਥਲ ਪਿਛਲੇ ਸਮੇਂ ਦੌਰਾਨ ਹੋਈ ਹੈ ਹਰ ਇੱਕ ਨੇ ਵਿਖਿਆ ਕੀ ਕੁਝ ਵਾਪਰਿਆ ਸੋ ਐਸੇ ਕਰਕੇ ਅਪੀਲ ਕੀਤੀ ਹੈ ਕਿ ਭਾਈ ਪਾਰਟੀਆਂ ਕਰਕੇ ਨਾ ਲੜਿਆ ਕਰੋ ਆਪਸ ਦੇ ਵਿੱਚ ਪਿਆਰ ਨਾਲ ਹੱਸ ਕੇ ਢਕੇ ਬਲਾ ਕਰੋ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹਸ਼ਰਪਰ ਨਿਊਜ਼ ਦੇ ਨਾਲ